ਗੱਲ ਕਰਦੇ ਸੀ ਕਿ ਹੁਣ ਜਿਹੜੀ ਗੌਰਮੈਂਟ ਪ੍ਰਾਈਵੇਟ ਹੋਸਪਿਟਲ ਕਹਿੰਦੀ ਬਣਾ ਦੇਣਾ, ਬਹੁਤ ਵਧੀਆ ਕੰਮ ਕਰ ਰਹੇ ਆ, ਹੌਲੀ ਹੌਲੀ ਪ੍ਰਾਈਵੇਟ ਵੱਲ ਹੀ ਜਾ ਰਹੇ ਆ ਕਿ ਪ੍ਰਾਈਵੇਟ ਹੋਸਪਿਟਲ ਬਣ ਜੂ, ਨਾ ਤਾਂ ਗੌਰਮੈਂਟ ਦੀ ਕੋਈ ਟੈਨਸ਼ਨ, ਨਾ ਉਹਦੇ ਵਿੱਚ ਕੋਈ ਵੀ ਆਪੀ ਪ੍ਰਾਈਵੇਟ ਜਾਇਆ ਕਰਨਗੇ ਉੱਥੇ ਛੇਤੀ ਇਲਾਜ ਹੋ ਜਾਵੇ। ਦੂਜੇ ਪਾਸੇ ਇਹਨਾਂ ਨੇ ਇਹ ਕਰ ਦੇਣਾ ਹੌਲੀ ਹੌਲੀ ਆਉਂਦੇ 5-7 ਸਾਲਾਂ ਦੇ ਵਿੱਚ ਹੈਲਥ ਕਾਰਡ ਦਾ ਵੀ ਕੰਮ ਖਤਮ ਕਰ ਦਿਓ, ਅਮੈਰੀਕਨ ਪ੍ਰਾਈਵੇਟ ਇੰਸ਼ੋਰੈਂਸ ਲੈ ਲਓ, ਅਤੇ ਪ੍ਰਾਈਵੇਟ ਇੰਸ਼ੋਰੈਂਸ ਲੈ ਕੇ ਆਰਾਮ ਨਾਲ ਭਰੀ ਚੱਲੋ ਪੈਸੇ, ਕੀ ਲੋੜ ਆ ਹੈਲਥ ਕਾਰਡ ਦੇ ਵੀ ਆਫਿਸ ਖੋਲ੍ਹਣ ਦੇ ਰੱਖਣ ਦੇ, ਅਤੇ ਟੈਕਸ ਉਹਨੇ ਦਾ ਉਹਨੇ ਟੈਕਸ ਤਾਂ ਘਟਾਉਣਾ ਨਹੀਂ, ਅਤੇ ਸਾਰਾ ਕੁਝ ਪ੍ਰਾਈਵੇਟ ਹੋਊਗਾ ਆਉਣ ਵਾਲੇ ਕੁਛ ਹੀ ਸਾਲਾਂ 'ਚ ਰਹਿਣਾ, ਕਿਉਂਕਿ ਜਦੋਂ ਇੱਕ ਲੀਹ ਪੈ ਜਾਂਦੀ ਆ ਅਤੇ ਫਿਰ ਸਾਰੇ ਉੱਧਰ ਨੂੰ ਤੁਰ ਪੈਂਦੇ ਆ ਕਿ ਭਾਈ ਪ੍ਰਾਈਵੇਟ ਆ ਪ੍ਰਾਈਵੇਟ ਆ, ਚਲੋ ਸਰਕਾਰੀ ਹੋਸਪਿਟਲਾਂ 'ਚ ਉੱਧਰ ਨਹੀਂ ਇਲਾਜ ਮਿਲਣਾ। ਗੌਰਮੈਂਟਾਂ ਬਹੁਤ ਵਧੀਆ ਰਸਤੇ ਲੱਭ ਰਹੀਆਂ ਕਿ ਹੋਰ ਖੂਨ ਨਚੋਣ ਵਾਸਤੇ, ਤਕੜੇ ਹੋ ਕੇ ਕੰਮ ਕਰੋ, ਬਸ ਆਹੀ ਕੰਮ ਚੱਲੋ। ਹੌਲੀ ਹੌਲੀ ਤਾਂ ਐਲਵਾਟ ਵਾਲੇ ਤਾਂ ਚਲੋ ਪਹਿਲ ਕਰ ਹੀ ਦਿੱਤੀ ਹੈ ਗੌਰਮੈਂਟ ਨੇ, ਵਧੀਆ ਕੀਤਾ, ਸਰਕਾਰੀ ਸਾਰੇ ਦਫ਼ਤਰ ਹੀ ਬੰਦ ਕਰ ਦੇਣੇ ਚਾਹੀਦੇ।